ਹਾਲ ਹੈ। ਫਿਰ ਮਾਵਾਂ ਦੀਆਂ ਫਿਰ ਇੱਕ ਇੱਕ ਬੀਬੀ ਮੈਨੂੰ ਆਣ ਕੇ ਆਉਂਦੀ, ਮੌਲਵੀ ਜੀ ਆਹ ਦਮ ਕਰ ਦਿਉ। ਅਸਾਜ਼ਾ ਇਕਰਾਮ ਕਹਿੰਦੇ ਜੀ ਦਮ ਕਰ ਦਿਉ। ਮੈਂ ਕਿਹਾ ਠੀਕ ਹੈ ਜੀ। ਮੈਂ ਕਿਹਾ ਕੀ ਗੱਲ, ਇਹ ਮੁੰਡਾ ਸੁੱਕਦਾ ਜਾਂਦਾ। ਮੈਂ ਕਿਹਾ ਇਹਨੂੰ ਮੋਬਾਈਲ ਲੈਤਾ? ਕਹਿੰਦੇ ਲੈਤਾ ਓਪੋ ਦਾ। ਅਤੇ ਮੈਂ ਕਿਹਾ ਇਹਨੂੰ ਹੋਸ਼ ਘੱਟਾ ਹੈ, ਇਹ ਜ਼ਮਜ਼ਮ ਪੀ ਕੇ ਸੌਂਦਾ, ਜਿਹਨੇ ਸਾਰੀ ਰਾਤ ਮੋਬਾਈਲ 'ਤੇ ਲੱਗੇ ਰਹਿਣਾ ਟਿਚ 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 ਟਿਚ। ਫਿਰ ਮਾਵਾਂ ਦੀ ਮੇਰੇ ਪੁੱਤ ਨੂੰ ਹੋਸ਼ ਨਹੀਂ ਆਉਂਦੀ, ਹੋਸ਼ ਘੱਟਾ ਹੈ, ਸਾਰੀ ਰਾਤ ਮੋਬਾਈਲ 'ਤੇ ਲੱਗੇ ਰਹਿੰਦੇ ਨੇ। ਜਿੰਨਾ ਚਿਰ ਬੈਟਰੀ ਮੁੱਕਣੀ ਨਹੀਂ, ਜਾਨ ਛੁੱਟਣੀ ਨਹੀਂ। ਹੁਣ ਤਾਂ ਅੱਲਾ ਜਾਣਦਾ ਹੈ ਮੰਜੀ ਉੱਥੇ ਡਾਉਂਦੇ ਨੇ ਜਿੱਥੇ ਸੁੱਚ ਲੱਗ, ਡਾਇਰੈਕਟਰੀ ਵਿੱਚ ਸੁੱਚ ਲਾਇਆ ਹੁੰਦਾ, ਸਾਕਲ ਲਾ ਕੇ ਸੌਂਦੇ ਨੇ। ਹਾਂਜੀ, ਪਾਵਰ ਬੈਂਕ, ਹੁਣ ਤਾਂ ਬੈਟਰੀਆਂ ਹੀ ਇਹੋ ਜਿਹੀਆਂ ਆ ਗਈਆਂ, ਮੁੱਕਦੀਆਂ ਹੀ ਨਹੀਂ ਗੀਆਂ। ਪਾਵਰ ਬੈਂਕ ਨੂੰ ਗੋਲੀ ਮਾਰਨੀ ਕਿਹਾ। ਹਾਂਜੀ, ਸੱਚੀ ਗੱਲ, ਹੁਣ ਤਾਂ ਭਾਈ ਅੱਲਾ ਜਾਣਦਾ ਜਿੱਧਰ ਵੇਖੋ ਮੋਬਾਈਲ ਨੇ ਰਿਸ਼ਤੇ ਦੂਰ ਕਰ ਦਿੱਤੇ ਨੇ, ਕੋਲ ਬਹਿ ਕੇ ਵੀ ਲੱਗੇ ਹੁੰਦੇ ਨੇ, ਉਹ ਇੱਧਰ ਇੱਧਰ ਬੈਠਾ, ਪਿਓ ਇੱਥੇ ਬੈਠਾ। ਹੁਣ ਤਾਂ ਆਪਾਂ ਪਬਜੀ ਨਵਾਂ ਸਿਆਪਾ ਆ ਗਿਆ, ਇਹ ਲੈ ਕੇ ਬਹਿ ਗਿਆ ਮੁੰਡਿਆਂ ਨੂੰ, ਨਾ ਕੋਈ ਤਲੀਮ ਰਹਿਣ ਦਿੱਤੀ ਹੈ। ਪਬਜੀ ਖੇਡਦੇ ਰਹਿੰਦੇ ਨੇ, ਓਏ ਪਿੱਛੋਂ ਆਇਆ ਹੀ, ਓਏ ਇੱਧਰੋਂ ਆਇਆ ਹੀ। ਅਤੇ ਫਿਰ ਜਨਾਬ ਨਾਲ ਦਾ ਬੰਦਾ ਕਵੇ ਨਾ, ਪਿਓ ਹੀ ਕਹਿ ਦੇਵੇ, ਪੁੱਤ ਆ ਮੇਰਾ ਬਲੱਡ ਚੈੱਕ ਕਰੀ। ਅੱਬਾ ਜੀ ਦੋ ਫੌਜੀ ਰਹਿ ਗਏ ਨੇ ਮਾਰ ਲੈਂਦੇ, ਉਹਨਾਂ ਚਿਰ ਭਾਵੇਂ ਅੱਬਾ ਫੁੜਕ ਜਾਵੇ। ਉਹ ਚੱਲਿਆ ਪਬਜੀ ਸਿਆਪਾ ਨਾ ਖੇਡੋ, ਆਪਣੀ ਤਲੀਮ ਦਾ ਹਰਜ ਨਾ ਕਰੋ, ਇਹ ਮੋਬਾਈਲ ਮਤ ਯੂਜ਼ ਕੀਆ ਕਰੋ, ਕਾਲਜ ਮੇ ਘਰ ਮੇ ਇਹ ਥੋੜ੍ਹੀ ਕੁ ਦੇਰ ਬੰਦਾ ਯੂਜ਼ ਕਰ ਲਏ ਮੋਬਾਈਲ। ਫੋਨ ਕੀਤਾ, ਬਾਈਜਾਨ ਕਿੱਧਰ ਹੈ? ਬਈ ਮੈਂ ਇੱਧਰ ਹੂੰ ਯਾਰ, ਮੈਨੂੰ ਤੇਰੇ ਨਾਲ ਕੰਮ ਹੈ। ਕੀ ਹੈ ਯਾਰ? ਮੈਂ ਤੇਰੇ ਨਾਲ ਬਹਿ ਕੇ ਇੱਕ ਪੀਰੀਅਡ ਦੀ ਤਿਆਰੀ ਕਰਨੀ, ਇਹ ਟੀਚਰ ਬੜਾ ਸਖਤ ਹੈਗਾ ਅਤੇ ਜਰਾ ਤਿਆਰੀ ਕਰਨੀ ਹੈ। ਚੱਲਿਆ ਪੀਰੀਅਡ ਦੀ ਤਿਆਰੀ ਕਰਿਆ ਕਰਕੇ ਮੈਂ ਸਵੇਰੇ ਇਹ ਸੁਣਾਉਣਾ। ਹਾਂਜੀ, ਪਰ ਆ ਟੀਚਰ ਵੀ ਅੱਲਾ ਜਾਣਦਾ, ਆਉਂਦੇ ਆ ਮੁੰਡਿਆਂ ਨੂੰ ਪੁੱਛਦੇ ਨੇ ਆਪਕਾ ਮੂਡ ਪੜ੍ਹਨੇ ਕਾ ਹੈ? ਬੰਦਾ ਪੁੱਛੇ ਥਕਾ ਬੈਠਣਾ ਹੈ, ਮੂਡ ਨਾ ਪੁੱਛਿਆ ਕਰੋ, ਇਹ ਆਉਂਦੇ ਹੀ ਪੜ੍ਹਨ ਵਾਸਤੇ। ਮੂਡ ਇਹਨਾਂ ਦੇ ਮਾਂ ਪਿਓ ਨੂੰ ਪੁੱਛੋ ਜਿਹੜੇ 6 ਵਜੇ ਦੁਕਾਨ ਖੋਲ੍ਹ ਕੇ ਇਹਨਾਂ ਦੀ ਫੀਸ ਦਿੰਦੇ ਨੇ, ਮੂਡ ਉਹਨਾਂ ਦਾ। ਇਹ ਤਾਂ ਪੜ੍ਹਨ ਆਏ ਨੇ, ਪੈਸਾ ਦਿੱਤਾ ਇਹਨਾਂ ਨੇ, ਫੀਸਾਂ ਜਮ੍ਹਾਂ ਕਰਾਈਆਂ ਨੇ। ਹਾਂਜੀ, ਇਨਕਾ ਮੂਡ ਨਹੀਂ ਪੁੱਛਣਾ, ਬਲਕਿ ਉਸਤਾਦ ਇਸ ਮੂਡ ਮੇ ਆਏ ਕਿ ਬੱਚੇ ਖੁਦ ਪੁੱਛੇ ਕਿ ਉਸਤਾਦ ਜੀ ਹਮੇ ਯੇ ਵੀ ਪੜ੍ਹਾ ਦੇ, ਯੇ ਵੀ ਪੜ੍ਹਾ ਦੇ, ਯੇ ਵੀ ਪੜ੍ਹਾ ਦੇ, ਯੇ ਵੀ ਪੜ੍ਹਾ ਦੇ, ਯੇ ਵੀ ਪੜ੍ਹਾ ਦੇ। ਹਾਂਜੀ, ਤਵੱਜੋ ਪੁੱਤਰ, ਮੈਂ ਕੰਮ ਦੀ ਗੱਲ ਕੀਤੀ, ਤੂੰ ਨਾ ਬਸ ਕਰ, ਮੇਰਾ ਚੰਨ ਹੈ ਨਾ, ਪੜ੍ਹਿਆ ਕਰੋ। ਉਸਤਾਦ ਤੇ ਆਉਂਦਾ ਹੀ ਦੱਸਣ ਵਾਸਤੇ, ਉਸਤਾਦ ਨੂੰ ਪੁੱਛਿਆ ਕਰੋ ਸਰ ਯੇ ਕੈਸੇ, ਸਰ ਯੇ ਕੈਸੇ, ਸਰ ਯੇ ਕੈਸੇ, ਸਰ ਯੇ ਕੈਸੇ। ਹਾਂਜੀ, ਅਸੀਂ ਕਾਲਜ 'ਚ ਵੀ ਬਹਿ ਕੇ ਉਸਤਾਦ ਨਾਲ ਸਿਆਸਤ ਸ਼ੁਰੂ ਕਰਦੇ ਨੇ, ਉਸਤਾਦ ਜੀ ਤਬਦੀਲੀ ਕਿਵੇਂ ਆਏਗੀ? ਉਹ ਸਾਰਾ ਪੀਰੀਅਡ ਉਸੇ ਦੇ ਲੰਘ ਜਾਂਦਾ ਹੈ ਭਾਈ। ਨਹੀਂ ਮਤ ਕਾਲਜ ਮੇ ਆਪ ਸਿਆਸੀ ਬਾਤ ਕੀਆ ਕਰੇ, ਆਪਣੇ ਆਪਣੇ ਟੀਚਰ ਸੇ ਸਿਰਫ ਆਪਣੀ ਕਿਤਾਬ ਕੀ ਮੁਤਲਕਾ ਬਾਤ ਪੁੱਛਣੀ, ਅਗਰ ਮੈਥ ਪੜ੍ਹਤੇ ਤੋ ਮੈਥ ਸੇ ਪੁੱਛਣੀ, ਜੋ ਆਪ ਪੜ੍ਹਤੇ ਆਪਣੇ ਟੀਚਰ ਸੇ ਉਸਕੇ ਮੁਤਲਕਾ ਹੀ ਬਾਤ ਕਰਨੀ, ਸਵਾਲ ਵੀ ਉਸਕੇ ਮੁਤਲਕਾ ਕਰਨੇ। ਉਦੋਂ ਕਜ਼ਨ ਸਿਆਪਾ ਨਹੀਂ ਸੀ, ਅੰਟੀ ਅੰਕਲ ਪਾਪਾ ਨਹੀਂ ਸੀ, ਏਡੇ ਚਿੱਟੇ ਖੂਨ ਨਹੀਂ ਸੀ, ਕੁੜੀਆਂ ਦੇ ਕੋਲ ਫੋਨ ਨਹੀਂ ਸੀ, ਇੱਜ਼ਤਮੰਦ ਯਾਰ ਹੁੰਦੇ ਸੀ, ਯਾਰਾਂ ਦੇ ਸੋਹਣੇ ਕੁੰਡ ਹੁੰਦੇ ਸੀ, ਮਟਿਆਰਾਂ ਦੇ ਛੋਟੇ ਭਰਾ ਹੁੰਦੇ ਸੀ ਵੀਰੇ, ਤੇ ਵੱਡੇ ਹੁੰਦੇ ਸੀ ਭਾ, ਬੋਲੋ ਵੱਡੇ ਹੁੰਦੇ ਸੀ ਹਰ ਘਰ 'ਚ ਇੱਕ ਭਾ ਹੁੰਦਾ ਸੀ, ਭਾ ਦਾ ਜੋ ਭਾ ਹੁੰਦਾ ਸੀ ਉਹ ਹੀ ਸਭ ਦਾ ਭਾ ਹੁੰਦਾ ਸੀ, ਵੱਡੇ ਭਰਾ ਦੀ ਇੰਨੀ ਇੱਜ਼ਤ ਹੁੰਦੀ ਸੀ, ਛੋਟੇ ਭਰਾ ਹੁੰਦੇ ਸੀ ਵੀਰੇ।